ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਸਤਿ ਸ਼੍ਰੀ ਅਕਾਲ ਜੀ, ਸਟਾਰ ਏਜੀ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਨਿਊਜ਼ ਚੈਨਲ ਤੋਂ। ਅਮਰਜੀਤ ਸਿੰਘ, ਇਸ ਟਾਈਮ ਅਸੀਂ ਪਹੁੰਚੇ ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅੰਮ੍ਰਿਤਸਰ ਡਿਸਟ੍ਰਿਕਟ ਅਥਲੀਟ ਐਸੋਸੀਏਸ਼ਨ ਵੱਲੋਂ ਓਪਨ ਡਿਸਟ੍ਰਿਕਟ ਅਥਲੀਟ 14 ਤੋਂ 20 ਸਾਲ ਮੁੰਡੇ ਕੁੜੀਆਂ ਦੇ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿੱਚ ਪਹੁੰਚੇ ਹੋਏ ਜੱਜਿਸ ਦੇ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਸਨ ਅਤੇ ਆਓ ਗੱਲਬਾਤ ਕਰੀਏ। ਯੂਨੀਵਰਸਿਟੀ ਦੇ ਵਿਹੜੇ ਵਿੱਚ ਹਰ ਵਾਰੀ ਕੋਈ ਨਾ ਕੋਈ ਪ੍ਰੋਗਰਾਮ ਰਹਿੰਦਾ ਅਤੇ ਖਿਡਾਰੀਆਂ ਵਾਸਤੇ ਕੋਈ ਨਾ ਕੋਈ ਖੇਡਾਂ ਲੈ ਕੇ ਗੁਰੂ ਨਾਨਕ ਯੂਨੀਵਰਸਿਟੀ ਲੈ ਕੇ ਹਾਜ਼ਰ ਰਹਿੰਦੀ ਆ। ਇਸ ਟਾਈਮ ਤੁਸੀਂ ਵੀ ਪਹੁੰਚੇ ਹੋ ਅਤੇ ਹੋਰ ਵੀ ਸਰੋਤੇ ਇੱਥੇ ਪਹੁੰਚੇ ਹੋਏ ਆ, ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਮੈਚ ਚੱਲ ਰਹੇ ਆ? ਇਹ ਸਾਡੇ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਹੋ ਰਹੀ ਆ ਜੀ, ਸਾਡੀ ਜ਼ਿਲ੍ਹਾ ਐਥਲੈਟਿਕਸ ਸੈਸ਼ਨ ਵੱਲੋਂ ਕਰਵਾਈ ਜਾ ਰਹੀ ਆ। ਇਹਦੇ ਤੋਂ ਵਾਅਦਾ ਮੁੜ ਕੇ ਇਸ ਟੀਮ ਦੀ ਸਿਲੈਕਸ਼ਨ ਹੋ ਕੇ ਨੈਸ਼ਨਲ 'ਚ ਇਹਨਾਂ ਬੱਚਿਆਂ ਨੇ ਜਾਣਾ ਅਤੇ ਉੱਥੇ ਤੋਂ ਕੰਪਟੀਸ਼ਨ ਲੜ ਕੇ ਆਉਣਗੇ। ਇਹਦਾ ਮੇਨ ਸੋ ਤਾਂ ਅਸੀਂ ਤਾਂ ਇਹੋ ਹੀ ਕਹਾਂਗੇ ਕਿ ਤਗੜੇ ਹੋ ਕੇ ਸਪੋਰਟਸ ਵਾਲੇ ਪਾਸੇ ਆਉਣ ਅਤੇ ਨਸ਼ਿਆਂ ਤੋਂ ਬਚਣ। ਪਰ ਸਰ ਜੇ ਦੇਖਿਆ ਜਾਵੇ ਕਿ ਖਿਡਾਰੀਆਂ ਨੂੰ ਅੱਜ ਵੀ ਜਿਸ ਤਰ੍ਹਾਂ ਕਿ ਨੈਸ਼ਨਲ ਲੈਵਲ ਤੱਕ ਖੇਡ ਲੈਂਦੇ ਆ ਪਰ ਉਹ ਬੱਸ ਹੋ ਕੇ ਜਿਵੇਂ ਕਿ ਬਹਿ ਜਾਂਦੇ ਆ ਕਿ ਇੱਕ ਢੇਰੀ ਢਾ ਕੇ, ਕੀ ਕਹਿਣਾ ਚਾਹੁੰਦੇ, ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ? ਨਹੀਂ, ਐਸੋ ਜੀ ਕੋਈ ਗੱਲਬਾਤ ਨਹੀਂ, ਜੇ ਬੱਚਾ ਚੰਗਾ ਵਾ ਤਾਂ ਨੌਕਰੀਆਂ ਮਿਲਦੀਆਂ ਨੇ। ਅਸੀਂ ਵੀ ਸਪੋਰਟਸ ਕੀਤੀ ਆ, 3-3 ਨੌਕਰੀਆਂ ਸਾਨੂੰ ਇਕੱਠੀਆਂ ਮਿਲੀਆਂ ਸੀਗੀਆਂ, ਹੁਣ ਵੀ ਮਿਲਦੀ ਆ ਨੌਕਰੀ, ਇੰਨੀ ਗੱਲ ਹੈ। ਪਰ ਕਈ ਬੱਚਿਆਂ ਦਾ ਹਜੇ ਵੀ ਕਹਿਣਾ ਕਿ ਸਪੋਜ਼ ਕਰਨ ਲਈ ਆਪਾਂ ਨੈਸ਼ਨਲ ਲੈਵਲ ਤੱਕ ਪਹੁੰਚ ਗਏ ਹਾਂ ਪਰ ਸਰਕਾਰ ਨੇ ਸਾਡੇ ਜਿਹੜੇ ਫਾਇਦੇ ਸਾਨੂੰ ਚਾਹੀਦੇ ਆ ਜਾਂ ਕਾਲਜ ਜਾਂ ਯੂਨੀਵਰਸਿਟੀਆਂ ਦੇ ਵਿੱਚ ਉਹ ਨਹੀਂ ਮਿਲ ਰਹੇ। ਹੁਣ ਦੇਖੋ ਸਰਕਾਰ ਕਿੰਨਾ ਕੁ ਕਰਦੀ ਹੈ ਅਤੇ ਸਰਕਾਰ 'ਤੇ ਡਿਪੈਂਡ ਕਰਦਾ ਵਾ, ਪਰ ਮੈਂ ਤਾਂ ਇਹੋ ਕਹਾਂਗਾ ਵੀ ਅੱਜ ਵਾਲੀ ਸਰਕਾਰ ਕੁਛ ਅੱਗੇ ਨਾਲੋਂ ਵਧੀਆ ਕਰ ਰਹੀ ਹੈ। ਅਤੇ ਸਰ ਜਿਸ ਤਰ੍ਹਾਂ ਕਿ ਖਿਡਾਰੀ ਖੇਡਦੇ ਇੰਨੀ ਠੰਡ ਦੇ ਵਿੱਚ, ਠੰਡ ਪੈਣ ਦੇ ਬਾਵਜੂਦ ਵੀ ਆਪਣੀ ਖੇਡ ਦੇ ਵਿੱਚ ਮਨੋਰੰਜਨ ਵੀ ਕਰਦੇ ਪਏ ਆ ਅਤੇ ਖੇਡਦੇ ਵੀ ਪਏ ਆ, ਇਹਨਾਂ ਦੀ ਡਾਇਟ ਜਿਹੜੀ ਡਾਇਟ ਖਾਣ ਪੀਣ ਦੀ ਡਾਇਟ ਆ ਉਹਦਾ ਕਿਸ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ? ਉਹ ਵੇਖੋ ਜਿਹੜੇ ਤਾਂ ਚੰਗੇ ਘਰਾਂ ਦੇ ਬੱਚੇ ਆ ਉਹਨਾਂ ਦੇ ਪਰਿਵਾਰਕ ਉਹਨਾਂ ਦੀ ਮਦਦ ਕਰਦੇ ਆ, ਜਿਹੜੇ ਗਰੀਬ ਵਿਚਾਰੇ ਆ ਉਹਨਾਂ ਦੀ ਡਾਇਟ ਤਾਂ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦੀ ਆ। ਅੱਜ ਕੱਲ੍ਹ ਦੇ ਜ਼ਮਾਨੇ 'ਚ ਮਹਿੰਗਾਈ ਬੜੀ, ਡਾਇਟ ਦਾ ਬਹੁਤ ਖਰਚਾ ਹੁੰਦਾ, ਮਾੜਾ ਆਦਮੀ ਤਾਂ ਸਪੋਰਟਸ ਕਰ ਨਹੀਂ ਸਕਦਾ। ਅਤੇ ਸਰ ਫਿਰ ਗੱਲ ਉੱਥੇ ਹੀ ਆ ਗਈ ਕਿ ਜਿਹੜਾ ਗਰੀਬ ਘਰ ਦਾ ਬੱਚਾ ਵਾ ਉਹ ਫਿਰ ਖਾਲੀ ਹੱਥ ਹੀ ਰਹਿ ਗਿਆ। ਨਹੀਂ,
ਖਾਲੀ ਹੱਥ ਸਾਰੇ ਨਹੀਂ ਰਹਿੰਦੇ, ਕਈ ਗਰੀਬ ਬੱਚੇ ਜਿਹੜੇ ਉਹ ਚੰਗੇ ਸਪੋਰਟਸਮੈਨ ਬਣ ਜਾਂਦੇ, ਚੰਗੀਆਂ ਨੌਕਰੀਆਂ 'ਤੇ ਲੱਗ ਜਾਂਦੇ ਆ, ਸਾਰੇ ਨਹੀਂ ਰਹਿੰਦੇ। ਧੰਨਵਾਦ ਸਰ ਜੀ। ਜਿਸ ਤਰ੍ਹਾਂ ਕਿ ਸਰ ਅੱਜ ਮੈਚ ਚੱਲ ਰਿਹਾ, ਕੀ ਕਹਿਣਾ ਚਾਹੁੰਦੇ ਹੋ? ਸਰ ਅੱਜ ਬੜਾ ਤਕੜਾ ਉਪਰਾਲਾ ਮੇਰੇ ਡਿਸਟ੍ਰਿਕਟ ਅੰਮ੍ਰਿਤਸਰ ਐਸੋਸੀਏਸ਼ਨ ਵੱਲੋਂ ਐਂਡ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ ਵੱਲੋਂ। ਇਹ ਸਪੋਰਟਸ ਜਿਹੜੀ ਨਾ ਬੰਦੇ ਨੂੰ ਬਣਾ ਦਿੰਦੀ, ਉਹਦੀ ਜ਼ਿੰਦਗੀ ਵੀ ਬਣਾ ਦਿੰਦੀ, ਉਹਦੀ ਸਿਹਤ ਵੀ ਬਣਾ ਦਿੰਦੀ, ਅਤੇ ਆਉਣ ਵਾਲੇ ਸਮੇਂ 'ਚ ਨੌਕਰੀਆਂ 'ਚ ਵੀ ਆਪਣੀ ਉਹ ਹਾਸਲ ਕਰ ਸਕਦਾ। ਪਰ ਸਰ ਜ਼ਿਆਦਾਤਰ ਦੇਖਿਆ ਜਾ ਰਿਹਾ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਜ਼ਿਆਦਾਤਰ ਨਸ਼ਿਆਂ ਵੱਲ ਧੱਸਦੀ ਜਾ ਰਹੀ ਆ, ਨਸ਼ੇ 'ਤੇ ਠੱਲ ਨਹੀਂ ਪੈ ਰਹੀ, ਅਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ, ਜਿਹੜਾ ਬੱਚਾ ਗਰਾਊਂਡ 'ਚ ਆ ਗਿਆ ਉਹ ਤਾਂ ਨਸ਼ਾ ਨਹੀਂ ਜੇ ਕਰਦਾ, ਨਸ਼ਾ ਬੰਦਾ ਉਦੋਂ ਹੀ ਕਰਦਾ ਜਦੋਂ ਉਹਦੀ ਸਿਹਤ ਠੀਕ ਨਾ ਹੋਵੇ। ਲੇਕਿਨ ਪੰਜਾਬ ਨੂੰ ਐਵੇਂ ਜ਼ਿਆਦਾ ਹੀ ਬਦਨਾਮ ਕਰਕੇ ਰੱਖਿਆ, ਨਸ਼ਾ ਸਾਰੀ ਦੁਨੀਆ 'ਚ ਚੱਲਦਾ ਪਿਆ। ਜਦੋਂ ਸਾਡੇ ਬੱਚੇ ਗਰਾਊਂਡ 'ਚ ਖੇਡਦੇ ਪਏ, ਸਾਨੂੰ ਤਾਂ ਲੱਗਦਾ ਵੀ ਇੱਥੇ ਨਸ਼ਾ ਹੈ ਹੀ ਨਹੀਂ ਕੋਈ। ਸਪੋਰਟਸ ਇੱਕ ਐਸਾ ਗੇਮ ਹੈ, ਇੱਕ ਫਿਊਚਰ, ਇੱਕ ਨੌਕਰੀ ਪਾਉਣਾ ਸਪੋਰਟਸ ਦੇ ਵਿੱਚ ਸਭ ਤੋਂ ਈਜ਼ੀ ਆ, ਅਗਰ ਬੱਚਾ ਨੈਸ਼ਨਲ ਲੈਵਲ 'ਤੇ ਵਧੀਆ ਖੇਡਦਾ। ਅਤੇ ਸਰ ਜੇ ਗੱਲ ਕਰੀਏ ਕੁੜੀਆਂ ਦੀਆਂ, ਕਿਉਂਕਿ ਅੱਜ ਤਾਂ ਵੈਸੇ ਦੌਰ ਬਦਲ ਗਿਆ ਵਾ, ਧੀਆਂ ਨੂੰ ਵੀ ਇੱਕੋ ਜਿਹਾ ਰੱਖਿਆ ਜਾਂਦਾ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਮੁੰਡਾ ਉੱਦਾਂ ਕੁੜੀਆਂ, ਪਰ ਹਜੇ ਵੀ ਕਈ ਜਗ੍ਹਾ 'ਤੇ ਇੱਦਾਂ ਵਾ ਕਿ ਧੀਆਂ ਨੂੰ ਪਿੱਛੇ ਹੀ ਰੱਖਿਆ ਜਾਂਦਾ, ਕੀ ਕਹਿਣਾ ਚਾਹੁੰਦੇ? ਨਹੀਂ ਸਰ, ਪੰਜਾਬ ਦੇ ਵਿੱਚ ਇਹ ਗੱਲ ਰਹੀ, ਇੱਕ ਜ਼ਮਾਨਾ ਸੀ 40 ਸਾਲ ਪਹਿਲੇ, ਉਦੋਂ ਮੇ ਵੀ ਹੋ ਸਕਦਾ, ਬਟ ਹੁਣ ਕੁੜੀਆਂ ਅੱਜ ਕੱਲ੍ਹ ਸਭ ਤੋਂ ਅੱਗੇ ਗਰਾਊਂਡ 'ਚ ਵੇਖੋ, ਭੱਜਦੀਆਂ ਫਿਰਦੀਆਂ, ਛਾਲਾਂ ਮਾਰਦੀਆਂ ਫਿਰਦੀਆਂ। ਇਹ ਕੁਛ ਮਾਂ ਪਿਓ ਦੇ ਉੱਪਰ ਵੀ ਡਿਪੈਂਡ ਹੈ, ਬਟ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਤਕੜਾ ਟੈਲੈਂਟ ਹੈ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲਿਆ ਕੇ, ਅਤੇ ਨਵੀਂ ਸਰਕਾਰ ਜੋ ਸਪੋਰਟਸਮੈਨ ਨੂੰ ਪ੍ਰਿਵਿਲੇਜ ਦੇ ਰਹੀ ਹੈ ਉਹਦਾ ਫਾਇਦਾ ਉਠਾਉਣ ਦਾ। ਸਰ ਕੀ ਸੁਨੇਹਾ ਦੇਣਾ ਚਾਹੁੰਦਾ ਪੰਜਾਬ ਵਾਸੀਆਂ ਨੂੰ? ਉਹ ਸੱਜਣੋ, ਛੱਡ ਦਿਓ ਨਸ਼ਾ, ਆ ਜਾਓ ਗਰਾਊਂਡ ਦੇ ਵਿੱਚ, ਵੇਖਿਓ 80 ਸਾਲ ਤੱਕ ਜਵਾਨ ਦੇ ਜਵਾਨ ਰਹੋਗੇ, ਪਤਾ ਲੱਗੂ ਪੰਜਾਬ ਦਾ ਕੋਈ ਨੌਜਵਾਨ ਘੁੰਮ ਰਿਹਾ। ਧੰਨਵਾਦ।